ਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਮੇਰੇ ਯਾਨੀ ਅਰਵਿੰਦਰ ਸਿੰਘ ਪੱਟੀ ਵੱਲੋਂ ਸਵਾਗਤ ਹੈ ਅਤੇ ਪ੍ਰੋਗਰਾਮ ਹੈ ਜੀ ਅੱਜ ਦੀ ਗੱਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੀ ਗੱਲ ਪ੍ਰੋਗਰਾਮ 'ਚ ਅਸੀਂ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਅਕਸਰ ਚਰਚਾ ਕਰਦੇ ਹਾਂ। ਅੱਜ ਵੀ ਸਾਡੇ ਕੋਲ ਪੈਨਲ ਮੌਜੂਦ ਹੈ, ਪਰ ਸਾਡਾ ਵਿਸ਼ਾ ਥੋੜ੍ਹਾ ਜਿਹਾ ਹਟ ਕੇ ਹੈ। ਸਾਰੇ ਦਰਸ਼ਕ ਜਾਣਦੇ ਹੈ ਕਿ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਚੱਲ ਰਹੇ, ਯਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਅੱਜ ਦੇ ਦਿਨਾਂ 'ਚ ਸ਼ਹਾਦਤ ਦਿੱਤੀ ਸੀ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋਏ ਅਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਦਿੱਤਾ ਗਿਆ ਸੀ। ਅੱਜ ਇਸ ਵਿਸ਼ੇ 'ਤੇ ਅਸੀਂ ਬੜੀ ਗੰਭੀਰ, ਬੜੀ ਸ਼ਰਧਾਪੂਰਵਕ ਚਰਚਾ ਕਰਾਂਗੇ। ਮੇਰੇ ਨਾਲ ਮੇਰੇ ਦੋ ਮਹਿਮਾਨ ਬੈਠੇ ਨੇ, ਮੇਰੇ ਨਾਲ ਬਿਲਕੁਲ ਬੈਠੇ ਨੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਟਿੱਕਾ। ਸਤਿ ਸ਼੍ਰੀ ਅਕਾਲ ਜੀ। ਟਿੱਕਾ ਜੀ ਭਾਜਪਾ ਦੇ ਉੱਘੇ ਆਗੂ ਨੇ ਅਤੇ ਚਲੰਤ ਮਾਮਲਿਆਂ ਬਾਰੇ ਬੜੀ ਜਾਣਕਾਰੀ ਰੱਖਦੇ। ਟਿੱਕਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਮੇਰੇ ਦੂਜੇ ਮਹਿਮਾਨ ਪ੍ਰੋਫੈਸਰ ਅਵਤਾਰ ਸਿੰਘ ਨੇ ਜੀ। ਪ੍ਰੋਫੈਸਰ ਸਾਹਿਬ ਰਿਟਾਇਰ ਹੋਏ ਨੇ ਰਾਮਗੜੀਆ ਕਾਲਜ ਫਗਵਾੜਾ ਤੋਂ ਅਤੇ ਇਹ ਵੀ ਚਲੰਤ ਮਾਮਲਿਆਂ ਬਾਰੇ ਬੜੀ ਜਾਣਕਾਰੀ ਰੱਖਦੇ ਆ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸਰ। ਪਹਿਲੇ ਦਰਸ਼ਕੋ, ਇਸ ਤੋਂ ਪਹਿਲਾਂ ਕਿ ਅਸੀਂ ਚਰਚਾ ਸ਼ੁਰੂ ਕਰੀਏ, ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਇੱਕ ਬਹੁਤ ਵਧੀਆ ਬਾਈਟ ਆਈ ਹੈ। ਅਸਲ 'ਚ ਪ੍ਰੋਗਰਾਮ ਮੋਦੀ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ ਉਹ ਹੈ ਵੀਰ ਬਾਲ ਦਿਵਸ। ਪਿਛਲੇ ਸਾਲ ਇਹ ਪ੍ਰੋਗਰਾਮ ਲੈ ਕੇ ਆਏ ਨੇ ਅਤੇ ਅੱਜ ਵੀ ਸਾਰੇ ਦੇਸ਼ ਵਿੱਚ, ਦੇਸ਼ਾਂ ਵਿਦੇਸ਼ਾਂ 'ਚ ਇਹ ਪ੍ਰੋਗਰਾਮ ਮਨਾਇਆ ਗਿਆ ਅਤੇ ਪ੍ਰਧਾਨ ਮੰਤਰੀ ਹੋਰਾਂ ਦਿੱਲੀ ਵਾਲੇ ਅੱਜ ਦੇ ਪ੍ਰੋਗਰਾਮ 'ਚ ਕੀ ਕਿਹਾ, ਆਓ ਜ਼ਰਾ ਸੁਣਦੇ ਹਾਂ। ਵੀਰ ਸਾਹਿਬਜ਼ਾਦੋਂ ਕੇ ਅਮਰ ਬਲੀਦਾਨ ਕੋ ਯਾਦ ਕਰ ਰਹਾ ਹੈ, ਉਨਸੇ ਪ੍ਰੇਰਣਾ ਲੈ ਰਹਾ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਮੈਂ ਵੀਰ ਬਾਲ ਦਿਵਸ ਕੇ ਰੂਪ ਮੈਂ ਇੱਕ ਨਯਾ ਅਧਿਆਇ ਪ੍ਰਾਰੰਭ ਹੁਆ ਹੈ। ਪਿਛਲੇ ਵਰਸ ਦੇਸ਼ ਨੇ ਪਹਿਲੀ ਵਾਰ 26 ਦਸੰਬਰ ਕੋ ਵੀਰ ਬਾਲ ਦਿਵਸ ਕੇ ਤੌਰ ਪਰ ਮਨਾਇਆ ਥਾ। ਤਬ ਪੂਰੇ ਦੇਸ਼ ਮੈਂ ਸਭੀ ਨੇ ਭਾਵ ਵਿਭੋਰ ਹੋਕਰ ਸਾਹਿਬਜ਼ਾਦੋਂ ਕੀ ਵੀਰ ਗਾਥਾਓਂ ਕੋ ਸੁਨਾ ਥਾ। ਵੀਰ ਬਾਲ ਦਿਵਸ ਭਾਰਤੀਯਤਾ ਕੀ ਰਕਸ਼ਾ ਕੇ ਲੀਏ ਕੁਛ ਵੀ ਕਰ ਗੁਜ਼ਰਨੇ ਕੇ ਸੰਕਲਪ ਕਾ ਪ੍ਰਤੀਕ ਹੈ। ਇਹ ਦਿਨ ਹਮੇ ਯਾਦ ਦਿਲਾਤਾ ਹੈ ਕਿ ਸ਼ੌਰਯ ਕੀ ਪਰਾਕਾਸ਼ਠਾ ਕੇ ਸਮੇਂ ਕਮ ਆਯੂ ਮਾਇਨੇ ਨਹੀਂ ਰੱਖਦੀ। ਯਹ ਉਸ ਮਹਾਨ ਵਿਰਾਸਤ ਕਾ ਪਰਵ ਹੈ ਜਹਾਂ ਗੁਰੂ ਕਹਤੇ ਥੇ ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕ
कभू ना छाड़े खेत, माता गुजरी, गुरु गोविंद सिंह जी और उनके चारों साहिबजादों की वीरता और आदर्श आज भी हर भारतीय को ताकत देते हैं। ਸੋ ਪਿਆਰੇ ਦਰਸ਼ਕੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬੜੇ ਹੀ ਸਤਿਕਾਰ ਨਾਲ ਅੱਜ ਤੇ ਆਪਣੇ ਦਿਲ ਦੀ ਗੱਲ ਕਹੀ ਹੈ ਅਤੇ ਮੈਂ ਟਿੱਕਾ ਸਾਹਿਬ ਨੂੰ ਇਹ ਬੇਨਤੀ ਕਰਾਂਗਾ। ਟਿੱਕਾ ਸਾਹਿਬ, ਮੋਦੀ ਜੀ ਨੇ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕਹੇ, ਯਾਨੀ ਦੀਨ ਵਾਸਤੇ, ਧਰਮ ਵਾਸਤੇ ਜਿਹੜੀ ਸ਼ਹਾਦਤ ਦਿੱਤੀ ਹੈ ਸਾਹਿਬਜ਼ਾਦੇ ਨੇ, ਇਹਨਾਂ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਸ਼ਹਾਦਤ ਜਿਹੜੀ ਹੋਈ ਹੈ, ਇਹ ਸੰਸਾਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਮਿਸਾਲ ਨਹੀਂ ਮਿਲਦੀ। ਥੋੜ੍ਹਾ ਜਿਹਾ ਪਿੱਛੇ ਜਾਓ, ਕਿਉਂਕਿ ਇਸ ਹਿੰਦੁਸਤਾਨ ਦੇ ਵਿੱਚ ਬਾਹਰੋਂ ਹਮਲਾਵਰ ਆਉਂਦੇ ਰਹੇ ਜੀ, ਖਾਸ ਤੌਰ 'ਤੇ ਮੁਗਲਾਂ ਨੇ ਆ ਕੇ ਇੱਥੇ ਆਪਣੇ ਜਦੋਂ ਤਾਂ ਧਰਮ, ਮੁਸਲਮਾਨ ਧਰਮ ਨੂੰ ਵਧਾਉਣ ਦੀ ਗੱਲ ਕੀਤੀ ਜੀ। ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਨਾਲ ਜੇ ਜੋੜ ਕੇ ਦੇਖਿਆ ਜਾਵੇ, ਉਹ ਸਾਰਿਆਂ ਨੂੰ ਉਹਦੇ ਬਾਰੇ ਗਿਆਨ ਹੈ ਜੀ। ਕਸ਼ਮੀਰੀ ਪੰਡਿਤ, ਕਿਉਂਕਿ ਉਹਨਾਂ ਨੇ ਪਹਿਲਾਂ ਮਜ਼ਲੂਮ ਲੋਕ ਜਿਹੜੇ ਸੀਗੇ ਜਾਂ ਜਿਹੜੇ ਆਪਣੀ ਆਵਾਜ਼ ਨਹੀਂ ਸੀ ਉਠਾ ਸਕਦੇ, ਉਹਨਾਂ ਨੂੰ ਇਸਲਾਮ ਧਰਮ ਦੇ ਵੱਲ ਜੀ ਕਬੂਲਣ ਵਾਸਤੇ ਜਿਹੜੀ ਰਵਾਇਤ ਸ਼ੁਰੂ ਕੀਤੀ, ਉਹਨਾਂ ਨੂੰ ਜਨੇਊ ਨਹੀਂ ਸੀ ਪਾਉਣ ਦਿੰਦੇ, ਜਨੇਊ ਨਹੀਂ ਸੀ ਪਾਉਣ ਦਿੰਦੇ, ਕਿਉਂਕਿ ਉਹਨਾਂ ਦਬਾਅ ਪਾਏ ਤੇ ਹਜ਼ਾਰਾਂ ਹੀ ਰੋਜ਼ ਜਿਹੜੇ ਧਰਮ ਪਰਿਵਰਤਨ ਕਰਾ ਕੇ ਉਹ ਔਰੰਗਜ਼ੇਬ ਜਿਹੜੇ ਨੇ ਮੁਹਿੰਮ ਵੱਢੀ ਸੀ ਜੀ। ਸੋ ਉਸ ਨੂੰ ਅੱਗੇ ਦੇਖੀਏ, 1699 ਦੇ ਵਿੱਚ ਜਦੋਂ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਜੀ, ਗੁਰੂ ਸਾਹਿਬਾਨ ਨੇ ਖਾਲਸਾ ਪੰਥ ਦੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਆ ਕੇ ਜਿਹੜੇ ਪੰਜ ਪਿਆਰੇ ਸਾਡੇ ਸੀ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਸਿੱਖੀ ਦਾ ਜਿਹੜਾ ਪ੍ਰਸਾਰ ਪ੍ਰਚਾਰ ਬਹੁਤ ਵੱਧ ਰਿਹਾ ਸੀ ਜੀ। ਸੋ ਉਹਨਾਂ ਵਾਸਤੇ ਇੱਕ ਬੜੀ ਵੱਡੀ ਤਾਕਤ ਜਿਹੜੀ ਉਹਨਾਂ ਨੂੰ ਲੱਗ ਰਿਹਾ ਵੀ ਆਉਣ ਵਾਲੇ ਟਾਈਮ 'ਚ ਸਾਡੇ ਵਾਸਤੇ ਬੜੀ ਵੱਡੀ ਜਿਹੜੀ ਸਿੱਖ ਧਰਮ ਹੈ ਇਹ ਚੁਣੌਤੀ ਬਣ ਸਕਦਾ ਹੈ, ਚੈਲੇਂਜ ਬਣ ਸਕਦਾ, ਚੈਲੇਂਜ ਬਣ ਸਕਦਾ। ਅਤੇ ਉਹਦੇ ਤਹਿਤ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਜਿੱਦਾਂ ਪਹਾੜੀ ਰਾਜਿਆਂ ਦੀ ਜਿਹੜੀ ਨੂੰ ਅੱਗੇ ਲਾ ਕੇ ਅਨੰਦਪੁਰ ਸਾਹਿਬ, ਕਿਉਂਕਿ ਆਸੇ ਪਾਸੇ ਹਿਮਾਚਲ ਦਾ ਏਰੀਆ ਜੀ, ਉਹ ਜੰਗਾਂ ਜਿਹੜੀਆਂ ਸ਼ੁਰੂਆਤ ਕਰਤੀਆਂ ਸੀ ਜੀ। ਸੋ 1699 ਅਤੇ ਸ਼ਹੀਦੀ ਦੇ ਵਿੱਚ ਤਕਰੀਬਨ 1705 ਨੂੰ ਇਹ ਜਿਹੜੀਆਂ ਵੱਡੇ ਸਾਹਿਬਜ਼ਾਦਿਆਂ ਦੀਆਂ ਅਤੇ ਚਮਕੌਰ ਦੀ ਗੜੀ, ਚਮਕੌਰ ਦੀ ਗੜੀ ਅਤੇ ਸ਼ਹੀਦੀਆਂ ਦਾ ਜਿਹੜਾ ਹਫ਼ਤਾ ਆਪਾਂ ਸਾਰੇ ਮਨਾਉਂਦੇ ਹਾਂ ਜੀ, ਤੁਸੀਂ ਦੇਖੋ ਕਿਹੋ ਜਿਹੇ ਹਾਲਾਤ ਬਣੇ ਹੋਣਗੇ ਜੀ। ਅਤੇ ਜਿਹੜੀ ਇਹ ਸ਼ਹੀਦੀਆਂ ਨੇ ਕੌਮ ਹੀ ਨਹੀਂ ਦੇਸ਼ ਵਾਸਤੇ ਵੀ ਜਿਹੜਾ ਨਾ ਇਹਨੂੰ ਬੜਾ ਵੱਡਾ ਸਾਡੇ ਸਾਹਮਣੇ ਸੁਨਹਿਰੀ ਇਤਿਹਾਸ ਕਰਕੇ ਰੱਖਤਾ ਜੀ। ਸੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਇਹ ਜਿਹੜੀ ਸਰਹੰਦ ਦੀ ਲੜਾਈ ਜਿਹੜੀ ਹੋਈ ਹੈ ਇਹ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਇਹਦਾ ਹੈਗਾ। ਪ੍ਰੋਫੈਸਰ ਸਾਹਿਬ, ਤੁਸੀਂ ਇਹ ਦੱਸੋ ਕਿ ਚਾਰ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਇਹਦੀ ਇਤਿਹਾਸਿਕ ਮਹੱਤਤਾ ਕੀ ਹੈ? ਮਤਲਬ ਇੰਨੀ ਛੋਟੀ ਉਮਰ 'ਚ ਐਡੀ ਵੱਡੀ ਕੁਰਬਾਨੀ? ਇਸ ਤਰ੍ਹਾਂ ਜੀ ਵੀ ਜਦੋਂ ਅਸੀਂ ਇਸ ਸ਼ਹਾਦਤ ਨੂੰ ਦੇਖਦੇ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਦੇਖਣਾ ਚਾਹੂੰਗਾ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਗੁਰੂ ਨਾਨਕ ਨੇ 1469 ਵਿੱਚ ਜਨਮ ਲਿਆ ਜੀ। ਉਹਨਾਂ ਨੇ ਇੱਕ ਸੁਪਨਾ ਲਿਆ, ਉਸ ਸੁਪਨੇ ਵਿੱਚ ਇੱਕ ਸਾਂਝੀਵਾਲਤਾ ਅਤੇ ਬਰਾਬਰੀ ਵਾਲਾ ਸਮਾਜ ਅਤੇ ਸਰਬੱਤ ਦੇ ਭਲੇ ਵਾਲਾ ਸਮਾਜ ਜੀ, ਇਹ ਉਹਨਾਂ ਨੇ ਸੁਪਨਾ ਲਿਆ। ਔਰ ਉਸ ਵੇਲੇ ਹਿੰਦੁਸਤਾਨ ਵਿੱਚ ਮੁਗਲ ਹਕੂਮਤ ਸੀ ਜੀ, ਅਤੇ ਉਸ ਹਕੂਮਤ ਨੂੰ ਇਹ ਗੁਰੂ ਨਾਨਕ ਦਾ ਸੁਪਨਾ ਜਿਹੜਾ ਉਹ ਪਸੰਦ ਨਹੀਂ ਸੀ, ਰਾਸ ਨਹੀਂ ਸੀ ਆਉਂਦਾ।
ਅਤੇ ਉਹਨਾਂ ਨੇ ਜਿਹੜੇ ਵੀ ਉਸ ਵੇਲੇ ਹਕੂਮਤ ਵਿੱਚ ਦਿੱਲੀ ਦੇ ਉੱਤੇ ਰਾਜ ਕਰ ਰਹੇ ਸੀਗੇ ਮੁਗਲ ਹਕੂਮਤ ਵਿੱਚ, ਚਾਹੇ ਉਹ ਜਹਾਂਗੀਰ ਸੀ, ਚਾਹੇ ਉਹ ਸ਼ਾਹਜਹਾਂ ਸੀ, ਚਾਹੇ ਔਰੰਗਜ਼ੇਬ ਸੀ ਬਾਬਰ ਤੋਂ ਲੈ ਕੇ, ਅਤੇ ਉਹਨਾਂ ਨੇ ਇਸ ਸੁਪਨੇ ਨੂੰ ਕੁਚਲਣ ਲਈ ਹਰ ਹੀਲਾ ਵਰਤਿਆ, ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਉਦੋਂ ਹੀ ਸ਼ੁਰੂ ਹੋ ਗਿਆ ਸੀ, ਤਵੀ ਤੇ ਬਿਠਾਇਆ, ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਨੌਵੇਂ ਪਾਤਸ਼ਾਹ ਦੇ ਸਿੱਖ ਜਿਹੜੇ ਆ ਉਹਨਾਂ ਦੇ ਸ਼ਹੀਦ ਕੀਤੇ, ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਅਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ। ਅਤੇ ਉਦੋਂ ਬਾਅਦ ਫਿਰ ਇਹ ਹੋਇਆ ਵੀ ਜਿਵੇਂ ਨਾ ਵੀ ਇੱਕ ਠਾਣ ਲੈਂਦੀ ਆ ਵੀ ਇਹਨੂੰ ਨੇਸ ਤੋਂ ਨਬੂਦ ਕਰਨ ਨੂੰ ਖਤਮ ਕਰਨਾ, ਕੁਚਲ ਦੇਣਾ। ਉਹਨਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ, ਅਤੇ 6-7 ਮਹੀਨੇ ਘੇਰਾ ਪਾਉਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ, ਫਿਰ ਉਹ ਸੈਨਾ, ਮੁਗਲ ਸੈਨਾ ਉਹਨਾਂ ਦੇ ਮਗਰ ਪੈ ਗਈ, ਅਤੇ ਰਸਤੇ ਵਿੱਚ ਜਦੋਂ ਸਰਸਾ ਨਦੀ ਦੇ ਕੰਢੇ ਦੇ ਉੱਤੇ ਪਰਿਵਾਰ ਖੇਰੂ ਹੋ ਗਿਆ, ਪਰਿਵਾਰ ਵਿਛੜ ਗਿਆ, ਅਤੇ ਉਹਦੇ ਬਾਅਦ ਦੋ ਬੱਚੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ, ਦੋ ਬੱਚੇ ਜਿਹੜੇ ਮਾਤਾ ਗੁਜਰੀ ਜੀ 80 ਸਾਲ ਦੀ ਉਮਰ ਵਿੱਚ, ਇੱਕ 5 ਸਾਲ ਦੇ, ਇੱਕ 7 ਸਾਲ ਦੇ ਬੱਚੇ, ਸ਼ੀਰਖੋਰ ਬੱਚੇ, ਦੁੱਧ ਚੁੰਘਦੇ ਬੱਚੇ, ਉਹਨਾਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਹ ਸਾਰਾ ਹੀ ਜਿਹੜਾ ਇਹ ਕੁਚਲਣ ਦਾ ਉਸ ਗੁਰੂ ਨਾਨਕ ਦੇ ਡਰੀਮ ਨੂੰ, ਗੁਰੂ ਨਾਨਕ ਦੀ ਉਸ ਸੁਪਨੇ ਨੂੰ, ਸ਼ੁਰੂਆਤ ਉੱਥੋਂ ਹੀ ਚੱਲਦੀ ਆਈ ਹੈ ਤੇ ਖਤਮ ਕਰਨ ਦਾ ਜ਼ਿਆਦਾ ਤੱਕ ਪਹੁੰਚਿਆ ਜੀ। ਤੇ ਮੈਂ ਸਮਝਦਾ ਵੀ ਬੇਸ਼ੱਕ ਗੁਰੂ, ਮੇਰਾ ਖਿਆਲ ਦੁਨੀਆਂ ਦੇ ਵਿੱਚ ਕੋਈ ਬਾਪ ਐਸਾ ਨਹੀਂ ਹੋਣਾ ਜਿਹੜੇ 4 ਬੱਚੇ ਇੱਕ ਹਫ਼ਤੇ ਦੇ ਅੰਦਰ ਇੱਕ ਹਫ਼ਤੇ ਦੇ ਵਿੱਚ ਆਪਣੇ ਹੱਥੀਂ ਸ਼ਹੀਦ ਹੋ ਗਏ, ਆਪਣੇ ਹੱਥੀਂ ਸ਼ਹੀਦ ਕੀਤੇ, ਔਰ ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਦੋ ਇੱਕ ਦਿਨ। ਅਤੇ ਲੇਕਿਨ ਅੱਜ ਜਦੋਂ ਅਸੀਂ ਇਹ ਦਿਨ ਮਨਾਉਂਦੇ ਹਾਂ, ਮੇਰਾ ਖਿਆਲ ਹੈ ਵੀ ਅਸੀਂ ਸਾਰੇ ਹੀ, ਸਾਰਾ ਦੇਸ਼ ਜਿਹੜਾ ਇਸ ਦਿਨ ਦੇ ਉੱਤੇ ਇੱਕ ਤਰਸ ਦੇ ਆਧਾਰ ਦੇ ਉੱਤੇ ਅਸੀਂ ਇਸ ਈਵੈਂਟ ਨੂੰ ਯਾਦ ਕਰਦੇ ਹਾਂ। ਅਤੇ ਮੇਰਾ ਖਿਆਲ ਹੈ ਵੀ ਇਹਦੀ ਜਿਹੜੀ ਇਤਿਹਾਸਿਕ ਮਹੱਤਤਾ ਉਹ ਇਹ ਹੈ ਕਿ ਇਸ ਦਿਨ ਸਾਨੂੰ ਜਿਹੜਾ ਗੁਰੂ ਨਾਨਕ ਦਾ ਸੁਪਨਾ ਸੀਗਾ ਕਿ ਸਾਂਝੀ ਵਾਲਤਾ ਅਤੇ ਸਰਬੱਤ ਦੇ ਭਲੇ ਵਾਲਾ ਸਮਾਜ ਉਹਦੀ ਸਿਰਜਣਾ ਦਾ ਜਿਹੜਾ ਸੰਕਲਪ ਹੈ ਉਹ ਸਾਨੂੰ ਦ੍ਰਿੜ ਕਰਨਾ ਚਾਹੀਦਾ। ਅਤੇ ਜੇ ਅਸੀਂ ਉਹ ਸੰਕਲਪ ਦ੍ਰਿੜ ਕਰਦੇ ਹਾਂ ਅਤੇ ਉਹ ਸੰਕਲਪ ਵੱਲ ਅੱਗੇ ਵੱਧਦੇ ਹਾਂ, ਫਿਰ ਇਹ ਦਿਨ ਮਨਾਉਣ ਦਾ ਫਾਇਦਾ ਆ। ਅਤੇ ਮੇਰਾ ਖਿਆਲ ਹੈ ਵੀ ਜਦੋਂ ਤੱਕ ਇਹ ਸਰਕਾਰ ਨੇ ਇਹਨੂੰ ਵੀਰ ਬਾਲ ਦਿਵਸ ਵਜੋਂ ਇੱਕ ਮਾਨਤਾ ਦਿੱਤੀ ਆ, ਅਤੇ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ, ਨਮਨ ਕਰਦੇ ਹਾਂ ਅਤੇ ਯਾਦ ਕਰਦੇ ਹਾਂ, ਅਤੇ ਅਸੀਂ ਮੇਰਾ ਖਿਆਲ ਇਸ ਦਿਨ ਦੇ ਨਾਲ ਅਸੀਂ ਉਸ ਸੁਪਨੇ ਵੱਲ ਜ਼ਿਆਦਾ ਅੱਗੇ ਵੱਧਦੇ ਹਾਂ। ਟਿੱਕਾ ਜੀ, ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਕਿ ਵੀਰ ਬਾਲ ਦਿਵਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 26 ਦਸੰਬਰ ਨੂੰ ਇਹ ਦਿਨ ਮਨਾਉਣ ਦਾ ਤਹੱਈਆ ਕੀਤਾ ਅਤੇ ਅੱਜ ਵੀ ਸਾਰੇ ਦੇਸ਼ ਮਨਾਇਆ ਗਿਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਬਹੁਤ ਵਧੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਇਤਿਹਾਸਿਕ ਜਿਹੜਾ ਸੀਗਾ, ਅਤੇ ਖਾਸ ਤੌਰ 'ਤੇ ਇਹ ਜਿਹੜੀ ਖਾਸ ਸ਼ਹੀਦੀਆਂ ਸੀ, ਇਹ ਆਪਣੀ ਕੁਛ ਸਿੱਖ ਕੌਮ ਤੱਕ ਹੀ ਸੀਮਤ ਸੀ ਜਾਂ ਪੰਜਾਬ 'ਚ ਜਾਂ ਜਿੱਥੇ ਜਿੱਥੇ ਸਾਡੇ ਸਿੱਖ ਭਰਾ ਵੱਸਦੇ ਸੀ ਜਾਂ ਜਿਹੜੇ ਉਹਨਾਂ ਤੱਕ ਸੀ। ਪਰ ਮੋਦੀ ਸਾਹਿਬ ਵੱਲੋਂ ਜਿਹੜਾ ਪਿਛਲੇ ਸਾਲ ਇਹ ਉਪਰਾਲਾ ਕੀਤਾ ਗਿਆ, ਬੜਾ ਸ਼ਲਾਘਾਯੋਗ, ਉਹਨਾਂ ਨੇ ਅੱਜ ਦੀ ਜਿਹੜੀ ਸਪੀਚ ਵੀ, ਉਹਨਾਂ ਦੀ ਜਿਹੜੀ ਭਾਵਕ ਸਪੀਚ ਹੈ, ਉਹਨਾਂ ਦੀਆਂ ਜਿਹੜੀਆਂ ਗੱਲਾਂ, ਕਿਉਂਕਿ ਉਹ ਇਹ ਸ਼ਹੀਦੀਆਂ ਨੂੰ ਨੈਸ਼ਨਲ ਲੈਵਲ ਨਹੀਂ, ਇੰਟਰਨੈਸ਼ਨਲ ਲੈਵਲ 'ਤੇ, ਅਤੇ ਖਾਸ ਤੌਰ 'ਤੇ ਹਿੰਦੁਸਤਾਨ ਦੇ ਬੱਚੇ ਤੱਕ ਇਹ ਜਿਹੜੀ ਸ਼ਹਾਦਤ ਨੂੰ ਪਹੁੰਚਾਉਣਾ ਚਾਹੁੰਦੇ ਨੇ, ਉਹਨਾਂ ਲੋਕਾਂ ਤੱਕ ਵੀ ਪਹੁੰਚਾਉਣਾ ਚਾਹੁੰਦੇ, ਕਿਉਂਕਿ ਇੱਥੋਂ ਆਪਣੇ ਦੇਸ਼ ਪ੍ਰਤੀ, ਆਪਣੀ ਕੌਮ ਪ੍ਰਤੀ ਸ਼ਹੀਦ ਆਉਣ ਵਾਸਤੇ, ਕਿਉਂਕਿ ਧਰਮ ਪਰਿਵਰਤਨ ਦੇ ਉਲਟ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ, ਨਿੱਕੀਆਂ ਜਿਹੜੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚੁਣਾਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਹੋਰ ਵੀ ਲਾਲਚ ਦਿੱਤੇ ਗਏ, ਅਤੇ ਤਸੀਹੇ ਦੇ ਕੇ ਜਦੋਂ ਉਹ ਈਨ ਨਹੀਂ ਮੰਨੀ ਅਤੇ ਸ਼ਹਾਦਤਾਂ ਹੋਈਆਂ। ਸੋ ਉਸ ਗੌਰਵਮਈ ਇਤਿਹਾਸ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ 'ਚ ਮੈਂ ਸਮਝਦਾ
ਨਰਿੰਦਰ ਮੋਦੀ ਜੀ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਬਹੁਤ ਅਹਿਮ ਕਦਮ ਚੱਕੇ ਨੇ। ਸਕੂਲਾਂ ਕਾਲਜਾਂ ਦੇ ਵਿੱਚ ਸੈਮੀਨਾਰ ਹੋ ਰਹੇ ਨੇ ਜੀ, ਯੂਨੀਵਰਸਿਟੀਆਂ ਦੇ ਵਿੱਚ, ਹਿੰਦੁਸਤਾਨ ਦੇ, ਪੰਜਾਬ ਨਹੀਂ ਹਿੰਦੁਸਤਾਨ ਦੇ ਵਿੱਚ, ਹਾਂਜੀ, ਕਿਉਂਕਿ ਨੈਸ਼ਨਲ ਲੈਵਲ ਤੇ ਮਨਾਇਆ ਜਾ ਰਿਹਾ ਦੇਸ਼ ਦੇ ਵਿੱਚ। ਪੈਟਰੋਲ ਪੰਪਸ ਦੇ ਉੱਪਰ ਵੀ ਮੈਂ ਦੇਖ ਰਿਹਾ, ਰੇਲਵੇ ਸਟੇਸ਼ਨ ਦੇ ਉੱਪਰ ਵੀ ਐਡ ਲੱਗੀ ਆ, ਏਅਰਪੋਰਟਸ ਦੇ ਉੱਪਰ ਐਡ ਲੱਗੀ ਆ। ਪਾਰਟੀ ਦੇ ਤੌਰ 'ਤੇ ਵੀ, ਕਿਉਂਕਿ ਬੀਜੇਪੀ ਦੇ ਹੋਣ ਦੇ ਨਾਤੇ ਪਾਰਟੀ ਦੇ ਤੌਰ 'ਤੇ ਵੀ ਜਿਹੜਾ ਇਹਨੂੰ ਵਾਰਡ ਵਾਈਜ਼ ਸ਼ਹਿਰਾਂ ਤੱਕ ਵੀ ਮਨਾਉਣ ਦੇ ਸਾਨੂੰ ਹੁਕਮ ਹੋਏ। ਅੱਜ ਦਿੱਲੀ 'ਚ ਹੋਏ ਸਮਾਗਮ 'ਚ ਇਹ ਬੱਚੇ ਕਿਹੜਾ ਸ਼ਾਨਦਾਰ ਕੀਰਤਨ ਕਰ ਰਹੇ, ਪ੍ਰਧਾਨ ਮੰਤਰੀ ਜੀ ਖੁਦ ਉੱਥੇ ਮੌਜੂਦ ਨੇ, ਉਹਨਾਂ ਦੀ ਸਾਰੀ ਕੈਬਨਿਟ। ਵੀਰ ਬਾਲ ਦਿਵਸ ਜਿਹਨੂੰ ਪਿਛਲੇ ਸਾਲ ਪ੍ਰਧਾਨ ਮੰਤਰੀ ਹੋਰਾਂ ਨੇ ਸ਼ੁਰੂ ਕੀਤਾ ਸੀ, ਕਿਉਂਕਿ ਅਸੀਂ ਇਸ ਚਰਚਾ ਕਰ ਰਹੇ ਹਾਂ ਕਿ ਕੀ ਲੋੜ ਪਈ ਸੀ ਇਹਦੀ। ਪਰ ਸਾਡੇ ਐਕਸਪਰਟ ਦੱਸੋ ਨਾ, ਹੁਣ ਸਾਰੇ ਚੈਨਲਸ ਦੇ ਵਿੱਚ ਆਹ ਪ੍ਰਧਾਨ ਮੰਤਰੀ ਜੀ ਜਿੱਥੇ ਸਮਾਗਮ 'ਚ ਆਏ ਨੇ, ਦੇਸ਼ ਦੀ ਜਿੰਨੀ ਵੀ ਕੈਬਨਿਟ ਹੈ ਸਾਰਿਆਂ ਨੇ ਵੱਖ ਵੱਖ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਜਾ ਕੇ ਇਹਨਾਂ ਸ਼ਹਾਦਤਾਂ ਵਾਲੇ ਦਿਨ ਦੇ ਵਿੱਚ ਅਰਦਾਸ ਬੇਨਤੀਆਂ ਕੀਤੀਆਂ ਨੇ ਜੀ। ਸਰਕਾਰਾਂ ਨੂੰ ਵੀ ਆਦੇਸ਼ ਦਿੱਤੇ ਗਏ ਨੇ ਵੀ ਉਹ ਇਸ ਪ੍ਰੋਗਰਾਮ ਨੂੰ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਹੜਾ ਨਮਨ ਕਰਨ ਜੀ। ਇਹ ਛੋਟੀ ਗੱਲ ਨਹੀਂ ਹੈਗੀ, ਜਿਹੜਾ ਘੇਰਾਵਾਏ ਦਾ ਜਿਹੜਾ ਹੈਗਾ, ਕਿਉਂਕਿ ਇਹ ਆਪਾਂ ਮੁਹਤਾਜ ਨਹੀਂ ਹੁੰਦੇ, ਕਿਉਂਕਿ ਕੌਮ ਦੇ ਜਿਹੜੇ ਸ਼ਹੀਦ ਹੁੰਦੇ ਨੇ ਖਾਸ ਤੌਰ 'ਤੇ ਜਿਹੜੀ ਛੋਟੀ ਅਵਸਥਾ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ, ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਹੋਰ ਵੀ ਵੱਡੇ ਰੂਪ 'ਚ ਮੈਂ ਸਮਝਦਾ ਦੇਖਿਆ ਜਾ ਸਕਦਾ, ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਇਹਨਾਂ ਸੋਚ ਲੈ ਕੇ ਚੱਲੇ ਨੇ ਅਤੇ ਉਹਨਾਂ ਦਾ ਜਿਹੜਾ ਸੁਪਨਾ ਹੈ ਵੀ ਇਹ ਮੈਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਆਉਣ ਵਾਲੇ ਟਾਈਮ 'ਚ ਐਜੂਕੇਸ਼ਨ ਦੇ ਤੌਰ 'ਤੇ ਵੀ ਇਸ ਨੂੰ ਅੱਗੇ ਐਡ ਆਨ ਕਰ ਰਹੇ ਨੇ, ਹੋਰ ਵੀ ਕਈ ਤਰ੍ਹਾਂ ਦੇ ਇਹਦੇ ਉੱਪਰ ਹੋਮਵਰਕ ਹੋ ਰਹੇ ਨੇ, ਆਉਣ ਵਾਲੇ ਟਾਈਮ 'ਚ ਅਗਲੇ ਸਾਲ ਤੁਹਾਨੂੰ ਹੋਰ ਵੀ ਕੁਝ ਦੇਖਣ ਨੂੰ ਮਿਲੇਗਾ। ਇਹ ਫਰਸਟ ਸਾਹਿਬ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ, ਗਥਾਵਾਂ ਸੁਣਦੇ ਆ ਰਹੇ ਹਾਂ, ਮਾਤਾ ਗੁਜਰੀ ਜੀ ਨਾਲ ਉਹਨਾਂ ਦੇ ਵਾਰਤਾਲਾਪ, ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ। ਪਰ ਹੁਣ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਨੈਸ਼ਨਲ ਲੈਵਲ 'ਤੇ ਹੋਰ ਜ਼ਿਆਦਾ ਇਸ ਗਾਥਾਵਾਂ ਹੋਣਗੀਆਂ? ਹਾਂਜੀ ਬਿਲਕੁਲ ਜੀ, ਇਸ ਤਰ੍ਹਾਂ ਦਾ ਹੈ ਜਦੋਂ ਕੋਈ ਸਰਕਾਰੀ ਪੱਧਰ ਦੇ ਉੱਤੇ ਕਿਸੇ ਦਿਨ ਨੂੰ ਕੋਈ ਮਾਨਤਾ ਦਿੱਤੀ ਜਾਂਦੀ ਹੈ, ਉਹ ਫਿਰ ਪਹਿਲਾਂ ਤਾਂ ਦੇਖੋ ਲੋਕ ਜਦੋਂ ਅਕਸਰ ਜਦੋਂ ਇਹ ਦਿਨ ਆਉਂਦਾ ਜਾਂ ਇਹ ਹਫ਼ਤਾ ਆਉਂਦਾ, ਸਾਰੇ ਲੋਕ ਜਿਹੜੇ ਆ ਉਹ ਸ਼ਰਧਾ ਪੂਰਵਕ ਉੱਥੇ ਜਾਂਦੇ ਆ ਜਾਂ ਘਰ ਯਾਦ ਕਰਦੇ ਆ ਜਾਂ ਉਸ ਤਰ੍ਹਾਂ ਦੇ ਇੱਕ ਖਾਸ ਤਰ੍ਹਾਂ ਦੇ ਇੱਕ ਵਾਤਾਵਰਣ ਵਿੱਚ ਲੋਕ ਇਹ ਦਿਨ ਬਤੀਤ ਕਰਦੇ ਆ। ਲੇਕਿਨ ਜਦੋਂ ਸਰਕਾਰੀ ਪੱਧਰ ਦੇ ਉੱਤੇ ਕੋਈ ਐਲਾਨ ਹੁੰਦਾ ਜਾਂ ਕੋਈ ਪ੍ਰੋਗਰਾਮ ਬਣਦਾ, ਫਿਰ ਉਹ ਸਾਰਾ ਦੇਸ਼ ਜਿਹੜਾ ਉਹ ਉਸ ਦੇ ਵਿੱਚ ਸ਼ਾਮਿਲ ਹੁੰਦਾ ਅਤੇ ਲੋਕਾਂ ਨੂੰ ਇਹਦੇ ਨਾਲ ਅਵੇਅਰਨੈਸ ਹੁੰਦੀ ਆ, ਹਰ ਕਿਸੇ ਨੂੰ ਇਹਦੇ ਵਿੱਚ ਪਤਾ ਲੱਗਦਾ। ਹੁਣ ਨਹੀਂ ਤਾਂ ਇਕੱਲਾ ਪੰਜਾਬ ਵਿੱਚ ਇਹ ਦਿਨ ਮਨਾਇਆ ਜਾਂਦਾ ਅਤੇ ਹੁਣ ਇਹ ਸਾਰਾ ਭਾਰਤ ਜਿਹੜਾ ਜਦੋਂ ਇਹਨੂੰ ਮਨਾ ਰਿਹਾ ਜਾਂ ਜਿਹੜੇ ਬਾਹਰ ਬੈਠੇ ਭਾਰਤੀ ਉਹ ਵੀ ਇਸ ਦਿਨ ਨੂੰ ਯਾਦ ਕਰ ਰਹੇ, ਇਹਦੇ ਨਾਲ ਫਰਕ ਤਾਂ ਪੈਂਦਾ ਹੈ ਜੀ ਵੀ ਇਹਦੇ ਨਾਲ ਜਿਹੜੀ ਇਸ ਦਿਨ ਦੀ ਮਹੱਤਤਾ, ਇਹਦੀ ਅਵੇਅਰਨੈਸ ਅਤੇ ਜਿਹੜਾ ਉਹ ਡਰੀਮ ਗੁਰੂ ਨਾਨਕ ਸਾਹਿਬ ਦਾ ਉਹਨੂੰ ਪ੍ਰਫੁੱਲਿਤ ਹੋਣ ਲਈ, ਉਹਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮੌਕਾ ਬਣਦਾ, ਇੱਕ ਮਾਹੌਲ ਬਣਦਾ ਜੀ, ਇਹ ਇਸ ਪ੍ਰੋਗਰਾਮ ਦੀ ਖਾਸੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ। ਟਿਕਾ ਜੀ ਇਹ ਦੱਸੋ ਕਿ ਵੀਰ ਬਾਲ ਦਿਵਸ ਮਨਾਉਣ ਨਾਲ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਤਲਬ ਪ੍ਰਚਾਰਨ 'ਚ ਕਿੰਨੀ ਕੁ ਮਦਦ ਮਿਲੇਗੀ? ਦੇਖੋ ਜਿੰਨੇ ਵੀ ਆਪਣੇ ਗੁਰੂ ਘਰ ਨੇ ਬਾਹਰ ਦੇਸ਼ਾਂ, ਕਿਉਂਕਿ ਸਿੱਖ ਕੌਮ ਵਰਲਡ ਦੇ ਵਿੱਚ ਬਹੁਤ ਵੱਡੀ ਤਾਦਾਦ 'ਚ ਫੈਲੀ ਹੈ ਜੀ,
ਜਿੱਥੇ ਵੀ ਜਾਂਦੇ ਸਭ ਤੋਂ ਪਹਿਲਾਂ ਤਾਂ ਸਿੱਖ ਕੌਮ ਦਾ ਇੱਕ ਟੀਚਾ ਹੁੰਦਾ ਵੀ ਘਰ ਆਪਣਾ ਬਣਾਉਣਾ, ਗੁਰਦੁਆਰਾ ਆਪਣਾ ਤਿਆਰ ਕਰਨਾ ਵਾ। ਮੈਂ ਸਮਝਦਾ ਜਿੱਥੇ ਨਰਿੰਦਰ ਬਾਈ ਮੋਦੀ ਜੀ ਵੱਲੋਂ ਇੰਟਰਨੈਸ਼ਨਲ ਦੀ ਤੁਸੀਂ ਗੱਲ ਕੀਤੀ, ਅੰਬੈਸੀਆਂ ਜਿੰਨੀਆਂ ਨੇ ਜੀ ਜੀ, ਜਿੰਨੇ ਸਾਡੇ ਕੌਂਸਲੇਟ ਨੇ, ਚਾਹੇ ਉਹ ਅਮੈਰੀਕਾ ਹੋਵੇ, ਇੰਗਲੈਂਡ ਹੋਵੇ, ਯੂਰਪ ਹੋਵੇ, ਕੈਨੇਡਾ ਹੋਵੇ, ਸਾਰੀਆਂ ਅੰਬੈਸੀਆਂ ਦੇ ਵਿੱਚ ਅੱਜ ਦੇ ਦਿਨ ਜਿਹੜੇ ਆ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਜਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉੱਪਰ ਪ੍ਰੋਗਰਾਮ ਹੋ ਰਹੇ ਨੇ ਜੀ, ਉੱਥੇ ਅਰਦਾਸ ਬੇਨਤੀਆਂ ਹੋ ਰਹੀਆਂ, ਵੱਖਰੇ ਵੱਖਰੇ ਰੂਪ ਹੈ, ਕਿਸੇ ਨੇ ਕੀਰਤਨ ਪ੍ਰੋਗਰਾਮ ਕਰਾਉਣੇ ਆ, ਕੋਈ ਸੈਮੀਨਾਰ ਹੋ ਰਹੇ ਨੇ। ਸੋ ਇਹਦੇ ਨਾਲ ਨੈਸ਼ਨਲ ਲੈਵਲ 'ਤੇ ਉਹ ਵੀ ਦੇਸ਼ ਦੀਆਂ ਜਿਹੜੀਆਂ ਅੰਬੈਸੀ ਹੁੰਦੀਆਂ ਵੱਖਰੇ ਵੱਖਰੇ ਉੱਥੇ ਲੋਕ ਆਉਂਦੇ ਨੇ, ਵੱਖਰੇ ਵੱਖਰੇ ਕਮਿਊਨਿਟੀ ਉੱਥੇ ਕੰਮ ਕਰਦੀ ਹੈ, ਅਤੇ ਨੈਚੁਰਲੀ ਜਦੋਂ ਉੱਥੇ ਸਿੱਖਾਂ ਦੀ ਗੱਲ ਹੋਊਗੀ, ਛੋਟੇ ਸਾਹਿਬਜ਼ਾਦਿਆਂ ਦੀ ਗੱਲ ਹੋਊਗੀ, ਸ਼ਹਾਦਤ ਦੀ ਗੱਲ ਹੋਊਗੀ, ਗੌਰਵ ਇਤਿਹਾਸ ਜਿਹੜਾ ਸ਼ਹੀਦੀਆਂ ਦਾ ਹੈਗਾ ਉਹ ਗੱਲ ਹੋਊਗੀ, ਕਿਤੇ ਨਾ ਕਿਤੇ ਮੋਟੀਵੇਸ਼ਨ, ਕਿਤੇ ਨਾ ਕਿਤੇ ਜਿਹੜੀ ਸਪਿਰਿਟ ਹੈ ਦੇਸ਼ ਪ੍ਰਤੀ, ਆਪਣੀ ਕੌਮ ਪ੍ਰਤੀ ਮਿਲਦੀ ਹੈ। ਅਤੇ ਇਹ ਜਿਹੜਾ ਕੁਛ ਹੋ ਰਿਹਾ ਇਹ ਤਾਂ ਹੀ ਹੋ ਸਕਿਆ ਵੀ ਜੇ ਇਹ ਸਰਕਾਰੀ ਤੌਰ 'ਤੇ ਨਰਿੰਦਰ ਮੋਦੀ ਜੀ ਵੱਲੋਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇੱਕ ਸੋਚ ਸੀਗੀ ਵੀ ਇਸ ਚੀਜ਼ ਨੂੰ ਮੈਂ ਇਸ ਲੈਵਲ 'ਤੇ ਲੈ ਕੇ ਜਾਣਾ, ਅਤੇ ਇਹਦੇ ਵਾਸਤੇ ਉਹ ਲੱਗੇ ਹੋਏ ਨੇ। ਠੀਕ ਹੈ ਜੀ, ਮੈਂ ਵੀ ਸੋਚਦਾ ਕਿ ਇੰਨੀ ਛੋਟੀ ਉਮਰ, 7 ਸਾਲ ਅਤੇ 9 ਸਾਲ, 7 ਸਾਲ ਦਾ ਬੱਚਾ ਬਹੁਤ ਛੋਟਾ ਹੁੰਦਾ ਅਤੇ ਉਹਨੂੰ ਕਈ ਵਾਰੀ ਤਾਂ ਆਲੇ ਦੁਆਲੇ ਦਾ ਪਤਾ ਵੀ ਨਹੀਂ ਹੁੰਦਾ, ਅਤੇ ਮੈਨੂੰ ਲੱਗਦਾ ਕਿ ਇਤਿਹਾਸ 'ਚ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਣਗੇ। ਦੇਖੋ ਸ਼ਹੀਦ ਤਾਂ ਜੇ ਇਤਿਹਾਸ ਨੂੰ ਵੇਖੀਏ, ਸਾਡੇ ਜਿਹੜੀ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਸਿਰਾਂ ਦੇ ਮੁੱਲ ਪੈ ਗਏ ਜੀ ਜੀ, ਸਾਡੇ ਛੋਟੇ ਬੱਚੇ, ਪੁਰਾਣੇ ਬੱਚਿਆਂ ਨੂੰ ਦੁੱਧ ਚੌਂਕਦੇ ਬੱਚਿਆਂ ਨੂੰ ਕੱਟ ਕੱਟ ਕੇ ਉਹਨਾਂ ਦੇ ਗਲਾਂ ਦੇ ਹਾਰ ਪਾ ਕੇ ਉਹਨਾਂ ਦੀਆਂ ਮਾਵਾਂ ਦੇ ਵਿੱਚ ਪਾਏ ਗਏ, ਨੇਜਾਂ 'ਤੇ ਟੰਗੇ ਗਏ। ਇਹ ਜਿਹੜੀਆਂ ਸ਼ਹਾਦਤਾਂ ਹੈਗੀਆਂ ਇਹ ਜਿਹੜੀਆਂ ਨਾ ਇਹ ਆਪਾਂ ਕਹਿ ਦਿੰਦੇ ਵੀ ਉਹ ਐਵੇਂ ਨਹੀਂ ਹੋ ਗਈਆਂ, ਉਹਨਾਂ 'ਚ ਜਿਹੜੀ ਸਪਿਰਿਟ ਹੈ, ਜਿੱਦਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਤ ਹੈ, ਜਾਂ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਿੱਕਰ ਜਿਹੜੀ ਜਜ਼ਬਾ ਸੀ, ਜਿਹੜੀ ਸੋਚ ਸੀ, ਉਹ ਛੋਟੇ ਸਾਹਿਬਜ਼ਾਦੇ ਅੰਦਰ ਸੀ। ਉਮਰਾਂ ਜਿਹੜੀਆਂ ਮੈਨੇ ਨਹੀਂ ਰੱਖਦੀਆਂ, ਜਿਹੜੀ ਉਹਨਾਂ ਦੀ ਪਾਲੀ ਪੋਸਟਨਾ ਹੋਈ, ਜਿਹੜੇ ਹਾਲਾਤਾਂ 'ਚੋਂ ਉਹਨਾਂ ਨੇ ਗਾਥਾਵਾਂ ਸੁਣੀਆਂ, ਜਿਹੜੀ ਸਪਿਰਿਟ ਸੀ ਉਹਨਾਂ ਦੇ ਅੰਦਰ, ਉਹਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪ੍ਰੋਫੈਸਰ ਸਾਹਿਬ, ਨਰਿੰਦਰ ਮੋਦੀ ਹੋਣਾ ਨੇ ਜਿਹੜਾ ਨਾਂ ਰੱਖਿਆ ਵੀਰ ਬਾਲ ਦਿਵਸ, ਇਹ ਮਤਲਬ ਕਿਸ ਤਰ੍ਹਾਂ ਉਹਨੇ ਸੋਚਿਆ ਵੀ ਕੀ ਨਾਂ ਹੋਣਾ ਚਾਹੀਦਾ ਅਤੇ ਕਿਉਂ ਹੋਣਾ ਚਾਹੀਦਾ? ਮੇਰਾ ਖਿਆਲ ਹੈ ਜੀ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਵੀਰਤਾ ਜਿਹਨੂੰ ਅਸੀਂ ਕਹਿੰਦੇ ਹਾਂ, ਬਹਾਦਰੀ ਕਹਿੰਦੇ ਹਾਂ, ਉਹ ਜਿਹੜੀ ਇੱਕ ਨੋਨ ਵਾਇਲੈਂਟ ਜਿਹੜੀ ਤੁਹਾਡੀ ਕੋਈ ਇੱਕ ਵਿਰੋਧ ਹੈ ਕਿਸੇ ਚੀਜ਼ ਦਾ ਜੀ, ਉਹਨੂੰ ਵੀਰਤਾ ਕਿਹਾ ਜਾਂਦਾ ਜੀ। ਔਰ ਖਾਸ ਤੌਰ ਦੇ ਉੱਤੇ ਜਦੋਂ ਸਾਹਿਬਜ਼ਾਦੇ ਆ, ਜਿਵੇਂ ਹੁਣੀ ਤੁਸੀਂ ਸਵਾਲ ਕੀਤਾ ਸੀਗਾ ਕਿ ਇਸ ਗੱਲ ਦੀ ਵਿਸ਼ੇਸ਼ਤਾ ਕੀ ਆ ਜੀ, ਵੈਸੇ ਦੁਨੀਆ ਦੇ ਇਤਿਹਾਸ ਵਿੱਚ ਬੜੇ ਵੱਡੇ ਜ਼ੁਲਮ ਹੋਏ ਆ, ਲੜਾਈਆਂ ਹੋਈਆਂ, ਜੰਗਾਂ ਹੋਈਆਂ, ਛੋਟੇ ਛੋਟੇ ਬੱਚੇ ਜਿਹੜੇ ਆ ਉਹ ਮਾਰੇ ਜਾਂਦੇ ਰਹੇ ਆ, ਸ਼ਾਇਦ ਇਹਨਾਂ ਤੋਂ ਵੀ ਬਹੁਤ ਛੋਟੇ ਬੱਚੇ ਵੀ ਕਿਸੇ ਲੜਾਈ ਵਿੱਚ ਸ਼ਹੀਦ ਹੋਏ ਹੋਣ, ਜਿਵੇਂ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਪੈਂਦੇ ਰਹੇ ਆ ਇੱਥੇ ਹਿੰਦੁਸਤਾਨ ਦੇ ਸਿੱਖ ਇਤਿਹਾਸ ਵਿੱਚ ਖਾਸ ਤੌਰ ਦੇ ਉੱਤੇ। ਪਰ ਇਸ ਦਿਨ ਦੀ ਜਿਹੜੀ ਆ ਸਾਹਿਬਜ਼ਾਦਿਆਂ ਦੀ ਜਿਹੜੀ ਆ ਸ਼ਹਾਦਤ, ਇਹਦੇ ਵਿੱਚ ਖਾਸ ਗੱਲ ਇਹ ਆ ਕਿ ਉਹਨਾਂ ਨੂੰ ਬਕਾਇਦਾ ਤੌਰ 'ਤੇ ਆਪਣੇ ਬਚਾਅ ਲਈ ਇੱਕ ਮੌਕਾ ਦਿੱਤਾ ਗਿਆ, ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਅਤੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਮਾਰ ਦਿੱਤਾ ਚੁੱਕ ਕੇ, ਉਹਦੇ ਨਾਲ ਇਸ ਸ਼ਹਾਦਤ ਦੀ ਵੱਧ ਮਹਾਨਤਾ ਇਸ ਕਰਕੇ ਕਿ ਉਹਨੂੰ ਮੌਕਾ ਦਿੱਤਾ ਗਿਆ, ਉਹ ਇੰਨੇ ਅਵੇਅਰ ਸੀਗੇ, ਜਿਵੇਂ ਉਮਰ ਦੱਸੀ ਆ ਇਤਿਹਾਸਕਾਰ ਉਹਨਾਂ ਦੀ ਉਮਰ ਦੱਸਦੇ 5 ਸਾਲ ਅਤੇ 7 ਸਾਲ ਜੀ, ਔਰ ਸਭ ਤੋਂ ਛੋਟੇ ਸਾਹਿਬਜ਼ਾਦੇ ਉਹਨਾਂ ਦੇ 2 ਸਾਲ ਦੇ ਸੀਗੇ ਜਦੋਂ ਉਹਨਾਂ ਦੀ ਮਾਤਾ ਜੀ ਸੁਰਗਵਾਸ ਹੋ ਗਏ ਸੀਗੇ, ਮਾਤਾ
ਜੀਤੋ ਜੀ 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 ਅਤੇ ਇਹੋ ਜਿਹੇ ਬੱਚਿਆਂ ਨੇ ਐਡਾ ਹੌਸਲਾ ਰੱਖਣਾ ਅਤੇ ਉਹਨਾਂ ਨੂੰ ਡਰਾਵੇ ਦਿੱਤੇ ਗਏ ਕਿ ਤੁਹਾਡੇ ਪਿਤਾ ਜੀ ਵੀ ਮਾਰੇ ਗਏ, ਤੁਹਾਡੇ ਸਾਰਾ ਪਰਿਵਾਰ ਮਾਰਿਆ ਗਿਆ, ਸਾਰੇ ਸਿੱਖ ਮਾਰੇ ਗਏ। ਹਾਲਾਂਕਿ ਉਹਨਾਂ ਨੂੰ ਕੁਛ ਪਤਾ ਨਹੀਂ ਸੀਗਾ, ਪਰ ਉਹਨਾਂ ਨੇ ਜਿੰਨੀ ਦ੍ਰਿੜਤਾ ਨਾਲ, ਜਿੰਨੀ ਹੌਸਲੇ ਨਾਲ, ਉਹ ਜਿਹੜਾ ਉਹਨਾਂ ਦਾ ਹੌਸਲਾ ਸੀਗਾ ਨਾ, ਉਹ ਅਸਲ ਵਿੱਚ ਸੱਚੀ ਵੀਰਤਾ ਸੀ। ਅਤੇ ਮੇਰਾ ਖਿਆਲ ਉਸ ਵੀਰਤਾ ਕਰਕੇ ਇਸ ਨੂੰ ਵੀਰ ਬਾਲ ਦਿਵਸ ਕਹਿਣਾ ਇਹ ਬਹੁਤ ਜ਼ਿਆਦਾ ਢੁਕਵਾਂ ਆ ਜੀ, ਅਤੇ ਇਹਨੂੰ ਇਸ ਤਰ੍ਹਾਂ ਮਨਾਉਣਾ ਇਹ ਵੀ ਬਿਲਕੁਲ ਬਹੁਤ ਜ਼ਿਆਦਾ ਸਹੀ ਆ ਜੀ। ਟਿੱਕਾ ਜੀ, ਅੱਜ ਤੋਂ ਕੁਛ ਸਾਲ ਪਹਿਲਾਂ ਅਸੀਂ ਦੇਖਦੇ ਸੀ ਕਿ ਫਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਉੱਥੇ ਸਿਆਸੀ ਅਖਾੜੇ ਵੀ ਲੱਗਦੇ ਸੀ, ਕਾਨਫਰੰਸਾਂ ਹੁੰਦੀਆਂ ਸੀ। ਹੁਣ ਇਹ ਕੁਝ ਦੇਰ ਤੋਂ ਬੰਦ ਨੇ, ਤੁਹਾਡਾ ਕੀ ਖਿਆਲ ਹੈ ਕਿ ਹੋਣੇ ਚਾਹੀਦੇ ਸੀ ਕਿ ਨਹੀਂ ਹੋਣੇ ਚਾਹੀਦੇ? ਦੇਖੋ, ਅੱਗੇ ਲੋਕਾਂ ਨੂੰ ਪ੍ਰਚਾਰ ਦਾ ਕੋਈ ਮਾਧਿਅਮ ਨਹੀਂ ਸੀ ਹੁੰਦਾ ਜ਼ਿਆਦਾ, ਇਹਨਾਂ ਮੇਲਿਆਂ 'ਤੇ ਜਾਂ ਸ਼ਹੀਦੀ ਸਮਾਗਮਾਂ ਦੇ ਉੱਪਰ ਵੱਖਰੇ ਵੱਖਰੇ। ਪੰਜਾਬ ਦੀ ਜੇ ਮੈਂ ਗੱਲ ਕਰਾਂ, ਜਿੱਦਾਂ ਮਾਘੀ ਦੇ ਮੇਲੇ ਦੇ ਉੱਪਰ ਜੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ, ਅਨੰਦਪੁਰ ਸਾਹਿਬ ਹੋ ਗਏ, ਪਰ ਉੱਥੇ ਗੱਲ ਘੱਟ, ਸ਼ਹੀਦੀਆਂ ਦੀ ਗੱਲ ਘੱਟ ਜਾਂ ਉਸ ਮਕਸਦ ਨੂੰ ਲੈ ਕੇ ਘੱਟ, ਅਤੇ ਸਿਆਸੀ ਪਾਰਟੀਆਂ ਆਪਣਾ ਉਸ ਪਾਰਟੀ ਆਏ ਹੋਏ ਸੀ, ਆਪਣੇ ਏਜੰਡੇ ਅੱਗੇ ਰੱਖ ਕੇ ਇਹ ਪ੍ਰਚਾਰ ਦੀਆਂ ਸੀ ਜੀ। ਪਰ ਹੁਣ ਜਿਹੜਾ ਅਵੇਅਰਨੈਸ ਬਹੁਤ ਹੋ ਗਈ ਹੈ, ਸੋਸ਼ਲ ਮੀਡੀਆ ਤੁਸੀਂ ਦੇਖੋ ਕਿਵੇਂ ਇਹ ਸਾਰਾ ਕੁਛ ਪ੍ਰਚਾਰਿਆ ਜਾ ਰਿਹਾ ਵਾ, ਸੋ ਉਹ ਚੀਜ਼ਾਂ ਜੇ ਤਾਂ ਉਸ ਚੀਜ਼ ਦਾ ਕੋਈ ਚੰਗਾ ਅਸਰ ਹੋਵੇ, ਉੱਥੇ ਇਹੋ ਜਿਹੀਆਂ ਜਿਹੜੀਆਂ ਡਿਬੇਟਸ ਹੋਣ, ਇਹੋ ਜਿਹੇ ਪ੍ਰਚਾਰ ਦੇ ਮਾਧਿਅਮ ਨੂੰ ਅਸੀਂ ਵਰਤੀਏ ਜਿਹੜੀਆਂ ਸ਼ਹੀਦੀਆਂ ਨੂੰ, ਅਤੇ ਜੇ ਆਪਾਂ ਸਿਆਸੀ ਰੋਟੀਆਂ ਸਿੱਖਣੀਆਂ ਫਿਰ ਨਹੀਂ ਹੋਣੀਆਂ ਚਾਹੀਦੀਆਂ, ਹੋਰ ਬੜੀਏ ਕਾਨਫਰੰਸਾਂ ਵਾਸਤੇ ਹੋਰ ਬੜੇ ਮੌਕੇ ਮਿਲਦੇ ਨੇ। ਹੁਣ ਦੇਖੋ ਕਈ ਆਸ ਪਾਸ ਦੇ ਉਦੋਂ ਘਰਾਂ ਦੇ ਲੋਕ ਜਿਹੜੇ ਆ ਜ਼ਮੀਨ 'ਤੇ ਸੌਂਦੇ ਨੇ, ਫਿਰ ਲੰਗਰਾਂ ਦੇ ਵਿੱਚ ਮਿੱਠੇ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਹੁਣ ਸ਼ਹਿਰਾਂ 'ਚ ਅਸੀਂ ਵੀ ਲੰਘ ਕੇ ਆਏ, ਰੋਜ਼ ਅੱਜ ਵੀ ਬਹੁਤ ਦੁੱਧ ਦੇ ਲੰਗਰ ਲੱਗੇ ਨੇ ਜੀ, ਵੱਖਰੇ ਵੱਖਰੇ ਪਦਾਰਥ ਬਣਾ ਕੇ ਜਿਹੜੇ ਸੇਵਾ ਦੇ ਰੂਪ 'ਚ ਲੋਕ ਕਰਦੇ ਨੇ, ਉੱਥੇ ਵੀ ਜਿਹੜਾ ਦਸਤਾਰਾਂ ਦਾ ਕੋਈ ਲੰਗਰ ਲਾ ਰਿਹਾ, ਵੱਖਰੇ ਵੱਖਰੇ ਪ੍ਰਚਾਰ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਾਂ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਸੋ ਕੋਈ ਵੀ ਇਸ ਤਰ੍ਹਾਂ ਦਾ ਉਪਰਾਲਾ ਜੇ ਕੋਈ ਚੰਗੀ ਸੋਚਣਾ ਕਰੂਗਾ ਤੇ ਉਹ ਹੋਣਾ ਚਾਹੀਦਾ, ਸਿਆਸਤ ਤੋਂ ਵੱਖਰਾ ਹੋ ਕੇ ਜੇ ਬਿਲਕੁਲ ਉਹ ਨਹੀਂ ਹੋਣਾ ਚਾਹੀਦਾ। ਪਰ ਸਾਹਿਬ, ਅੱਜ ਕੱਲ੍ਹ ਇੱਕ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਜਦੋਂ ਸ਼ਹੀਦੀ ਦਿਹਾੜਿਆਂ ਦੀ ਗੱਲ ਚੱਲਦੀ ਹੈ, ਮੋਤੀ ਰਾਮ ਮਹਿਰਾ ਜੀ, ਇਹਨਾਂ ਬਾਰੇ ਥੋੜ੍ਹੀ ਜਾਣਕਾਰੀ? ਹਾਂਜੀ ਬਿਲਕੁਲ ਜੀ, ਮੋਤੀ ਰਾਮ ਮਹਿਰਾ ਉੱਥੋਂ ਹੀ ਸਰਹੰਦ ਵਿੱਚ ਰਹਿੰਦੇ ਸੀਗੇ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਬੱਚਿਆਂ ਨੂੰ ਇੱਕ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਕੋਲ ਨਾ ਕੋਈ ਖਾਣ ਲਈ ਨਾ ਕੋਈ ਉਹਨਾਂ ਕੋਲ ਕੱਪੜੇ ਸੀਗੇ ਜਿਹਦੇ ਨਾਲ ਉਹ ਰਾਤਾਂ ਕਰ ਸਕੇ, ਪੌਦੀਆਂ ਠੰਡੀਆਂ ਰਾਤਾਂ, ਅਤੇ ਉਸ ਦੌਰਾਨ ਕਹਿੰਦੇ ਆ ਵੀ ਉਹ ਲੁਕ ਛਿਪ ਕੇ ਜਾਂ ਕਿਸੇ ਤਰ੍ਹਾਂ ਵੀ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਦੁੱਧ ਪਿਲਾਉਂਦਾ ਰਿਹਾ, ਅਤੇ ਜਦੋਂ ਇਸ ਹਕੂਮਤ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਕਿਸੇ ਸ਼ਖਸ ਨੇ ਉਹਨਾਂ ਨੂੰ ਦੁੱਧ ਦੀ ਸੇਵਾ ਕੀਤੀ ਹੈ, ਜਦੋਂ ਪਤਾ ਲੱਗਿਆ ਬਾਅਦ ਵਿੱਚ ਇਤਿਹਾਸਕਾਰ ਦੱਸਦੇ ਆ ਵੀ ਉਹਦੇ ਬੱਚੇ ਨੂੰ ਉਹਦੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਜੀ। ਅਤੇ ਅੱਜ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ ਨੂੰ ਮੋਤੀ ਰਾਮ ਮਹਿਰਾ ਉਸ ਪਰਿਵਾਰ ਨੂੰ ਉਹਦੀ ਸ਼ਹਾਦਤ ਨੂੰ ਵੀ ਅਸੀਂ ਯਾਦ ਕਰਦੇ ਹਾਂ। ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਵਿੱਚ ਕਸ਼ਟ ਸਹੇ ਆ ਇਸ ਸ਼ਹਾਦਤ ਦੇ ਨਾਲ, ਉਹ ਸਾਰਿਆਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ, ਪ੍ਰਣਾਮ। ਟਿੱਕਾ ਜੀ ਕੁਛ ਕਹਿਣਾ ਚਾਹੁੰਦੇ? ਮੈਂ ਇੱਕ ਜਿੱਥੇ ਸੰਸਕਾਰ ਵਾਲੀ ਥਾਂ ਜੀ ਟੋਡਰ ਮੱਲ ਜੀ ਨੇ ਜਿਹੜੀ ਉਹ ਸੋਨੇ ਦੀਆਂ ਮੋਹਰਾਂ ਲਾ ਕੇ ਖਰੀਦੀ ਜੀ, ਉਹ ਜਿਹੜੀ ਹੈ ਉਹ ਵੀ ਉਹਨਾਂ ਦਾ ਵੀ ਜਿਹੜਾ ਸਤਿਕਾਰ ਹੈ ਉਹ ਵੀ ਉਹਨਾਂ ਦਾ ਵੀ ਇਸ ਮੌਕੇ ਜ਼ਿਕਰ ਹੋਣਾ। ਇਹ ਕਿਹਾ ਜਾਂਦਾ ਕਿ ਉਹ ਜਿਹੜੀ ਜਗ੍ਹਾ ਉਹ ਦੁਨੀਆ ਦੀ ਸਭ ਤੋਂ ਕੀਮਤੀ ਜਗ੍ਹਾ। ਬਿਲਕੁਲ ਜੀ, ਸਭ ਕੁਛ ਵਾਰ ਕੇ ਸਭ ਕੁਛ ਵੇਚ ਕੇ, ਕਿਉਂਕਿ ਉੱਥੋਂ ਸੰਸਕਾਰ ਕਰਨ ਵਾਸਤੇ ਥਾਂ ਨਹੀਂ ਦਿੱਤੀ ਜਾਂਦੀ ਜੀ ਜੀ ਜੀ, ਅਤੇ ਉਸ ਸਮੇਂ ਉਹਨਾਂ ਨੇ ਸੰਸਕਾਰ ਕਰਨ ਵਾਸਤੇ ਆਪਣੀ ਸਭ ਕੁਛ ਵੇਚ ਕੇ ਸੋਨੇ ਦੀਆਂ ਖੜੀਆਂ ਮੋਹਰਾਂ ਕਰਕੇ ਉਹ ਜਿਹੜੀ ਉਹ ਜਗ੍ਹਾ ਖਰੀਦੀ ਅਤੇ ਉੱਥੇ ਸੰਸਕਾਰ ਹੋਇਆ। ਤੋ ਪਿਆਰੇ ਦਰਸ਼ਕੋ, ਅੱਜ ਦੇ ਇਸ
ਚਰਚਾ ਨੂੰ ਇੱਥੇ ਖਤਮ ਕਰਦੇ ਹਾਂ, ਕਿਉਂਕਿ ਬਹੁਤ ਹੀ ਬਹੁਤ ਮੁੱਲੇ ਵਿਚਾਰ ਸਾਡੇ ਇਹਨਾਂ ਐਕਸਪਰਟ ਨੇ ਦਿੱਤੇ ਹੈ, ਅਤੇ ਤੁਹਾਡਾ ਮੈਂ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਪਿਆਰੇ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।